कोरोना वायरस की लड़ाई नू खत्म कर लई अपना योगदान पा रहे सफाई कर्मियों वालों अमृतसर के डीसी दफ्तर के बाद आम आदमी पार्टी के नेता वेद प्रकाश बबलू की अगवाई च प्रदर्शन किया गया अते सफाई कर्मियों वालों मांग की गई कि उन्होंने तनखावां च वाधा किया जाए और उन्होंने सेहत बीमा भी किया जाए नाल ही उन्होंने आई कार्ड दिते जान उत्थे ही प्रदर्शन कर रहे सफाई कर्मियों ने नाल आम आदमी पार्टी के नेता वेद प्रकाश बबलू ने कहा कि यह सफाई कर्मचारी अमृतसर के गुरु नानक हस्पताल दे विच नौकरी करते हैं अते इन्हां दे सरकार पासों मंग है कि इन्हां दी तनखावां च वाधा किया जाए अते नाल ही सेहत बीमा किया जाए अते इन्हां दी मंगां पूरियां ना हुंदियां दे के अज इन्हां वल्लों प्रदर्शन किया जा रहा है उत्थे ही इन्हां सफाई कर्मचारियों वल्लों मंग पत्र लैंदे होए SDM अमृतसर दा कहना है कि यह मंग पत्र अमृतसर दे ADC हिमांशु अग्रवाल तक पहुंचा दिता जाएगा अते जल्द ही इन्हां दी मंगां भी पूरियां कीतियां जाणगियां। ਸਿਮਰਨ ਸਾਡੀ ਤਨਖਾਹ ਵਧੀ ਜਾਵੇ 6,000 ਸਾਡੀ ਸਿਰਫ ਤਨਖਾਹ ਹੈਗੀ ਆ 10-10 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ ਸਾਡੀ ਵੀ 18-19 ਹਜ਼ਾਰ ਤਨਖਾਹ ਹੋਵੇ ਨਾ ਸਾਡਾ ਕੋਈ ਪ੍ਰੂਫ ਹੀ ਹੈ ਨਾ ਸਾਡੀ ਕੋਈ ਆਈ ਕਾਰਡ ਹੀ ਹੈ ਸਾਡਾ ਮੁਲਾਜ਼ਮ ਫਿਰ ਮਰ ਗਈ ਕੰਮ ਕਰਦੀ ਮਰੀ ਉਹਨੂੰ ਵੀ ਕੁਛ ਨਹੀਂ ਮਿਲਿਆ ਵੀ ਸਾਡੀ ਇਹੀ ਮੰਗ ਆ ਕਿ ਸਾਡੀਆਂ ਵੀ ਸਾਡਾ ਵੀ ਤਨਖਾਹਾਂ ਵਧਾਈਆਂ ਜਾਣ ਗੁਰੂ ਨਾਨਕ ਹੋਸਪਿਟਲ ਸਫਾਈ ਦਾ ਕੰਮ ਕਰਦੇ ਹਾਂਜੀ ਠੇਕੇ 'ਤੇ ਕਰਦੇ ਜੋ ਸੁਲਫ ਕੰਪਨੀ 6,000 ਜੀ ਸਾਡੀ ਵੀ 18-19 ਹਜ਼ਾਰ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੀ ਹੈ ਕਰੋਨਾ ਨਹੀਂ ਕੁਛ ਨਹੀਂ ਹੋਇਆ ਸਾਡਾ ਇੱਕ ਦੋ ਦਿਨਾਂ ਤੱਕ ਕਹਿੰਦੇ ਕਿ ਕੁਛ ਪਤਾ ਲੱਗ ਜੂਗਾ ਮੁਨਸੀ ਸਿੰਘ ਸਰ ਸਾਰਾ ਹੀ ਕਹਿੰਦੇ ਵੀ ਸਾਡੀ ਤਨਖਾਹ ਜਿਹੜੀ ਆ 18-19 ਹਜ਼ਾਰ ਰੁਪਇਆ ਹੋਣੀ ਚਾਹੀਦੀ ਆ ਸਾਨੂੰ 4 ਛੁੱਟੀਆਂ ਮਿਲਣੀਆਂ ਚਾਹੀਦੀਆਂ ਨੇ ਛੁੱਟੀ ਵੀ ਸਾਨੂੰ ਕੋਈ ਨਹੀਂ ਮਿਲਦੀ ਅਸੀਂ ਕਹਿੰਦੇ ਵੀ ਸਾਡਾ ਇੱਕ ਮੁਲਾਜ਼ਮ ਇਸ ਤਰ੍ਹਾਂ ਹੋ ਗਿਆ ਉਹਦੇ ਘਰ ਨਾ ਆਏ ਅਤੇ ਪਹੁੰਚੇ ਨੇ ਨਾ ਉਹਨੂੰ ਕੋਈ ਸਹੂਲਤ ਮਿਲੀ ਆ ਅਤੇ ਕੱਲ੍ਹ ਨੂੰ ਮੰਨ ਲਓ ਸਾਡੇ 'ਚ ਹੋਰ ਕੋਈ ਮੁਲਾਜ਼ਮ ਇੱਦਾਂ ਹੁੰਦਾ ਵਾ ਤਾਂ ਉਹਦੀ ਵੀ ਕੋਈ ਸਹੂਲਤ ਨਹੀਂ ਹੋਏਗੀ ਇਹ ਤਾਂ ਸਾਡੀ ਸੁਣਾਈ ਹੋਣੀ ਚਾਹੀਦੀ ਗਰੀਬਾਂ ਦੀ ਹਾਂਜੀ ਕੁਛ ਨਹੀਂ ਸਾਨੂੰ ਮਿਲਦਾ ਜੀ ਨਾ ਸਾਨੂੰ ਕੋਈ ਸਹੂਲਤ ਨਹੀਂ ਜੀ ਅਜੇ ਅਸੀਂ ਇਹ ਕਹਿੰਦੇ ਵੀ ਸਾਨੂੰ ਸਹੂਲਤ ਹੋਵੇ ਅਸੀਂ ਗਰੀਬ ਆਦਮੀ ਹਾਂ ਸਾਡੇ ਮਗਰੋਂ ਬੱਚਿਆਂ ਨੂੰ ਵੀ ਕੋਈ ਸਹੂਲਤ ਮਿਲਣੀ ਚਾਹੀਦੀ ਹੈ 9-10 ਸਾਲ ਹੋ ਗਏ ਸਾਨੂੰ ਕੁਛ ਨਹੀਂ ਕੱਟਦੇ ਜੀ ਕੁਛ ਨਹੀਂ ਕੱਟਿਆ ਜਾਂਦਾ ਸਾਡਾ ਸਫਾਈ ਸੇਵਕਾਂ ਨੂੰ ਨਾਲ ਲੈ ਕੇ ਆਏ ਨੇ ਜਿਹੜੇ ਮੈਡੀਕਲ ਕਾਲਜ ਕੰਮ ਕਰਦੇ ਨੇ ਉਹਨਾਂ ਦੀਆਂ ਮੰਗਾਂ ਨੇ ਇੱਕ ਸੈਲਰੀਆਂ ਵਧਾਈ ਜਾਣ ਤੇ ਉਹਨਾਂ ਨੂੰ ਹੋਰ ਮਜ਼ਬੂਤ ਸੁਵਿਧਾ ਦਿੱਤੀਆਂ ਜਾਣ ਜਿਹੜਾ ਸੰਗਿਆਨ ਅਸੀਂ ਲੈਂਦੇ ਹੋਏ ਇਹ ਸਾਰੀਆਂ ਮੰਗ